ਸਾਡਾ ਸਾਰਿਆਂ ਦਾ ਮੁੱਦਾ ਕੀ ਹੈ ਐਮਐਸਪੀ ਫਿਕਸ ਕਰਾਉਣਾ ਹਨਾ ਸਾਰੇ ਕਿਸਾਨਾਂ ਦੀ ਤੇ ਕਿਸਾਨ ਲੀਡਰ ਹੁੰਦੇ ਕਾਦੇ ਵਾਸਤੇ ਹੈ ਇਸੇ ਵਾਸਤੇ ਹੁੰਦੇ ਆ ਨਾ ਤੇ ਜੇ ਫਿਰ ਕੀ ਹੋਇਆ ਜੇ ਦੋ ਕਿਸਾਨ ਲੀਡਰ ਪਹਿਲੋਂ ਆਗੇ ਸੀਗੇ ਇਹਦੇ ਵਿੱਚ ਕੋਈ ਅੱਜ ਪਾ ਤੁਸੀਂ ਅੱਜ ਦਾ ਮਾਹੌਲ ਵੇਖੋ ਨਾ ਤੁਹਾਨੂੰ ਅੱਜ ਦਾ ਮਾਹੌਲ ਵੇਖਣਾ ਚਾਹੀਦਾ ਹੈ ਕਿ ਇੱਕ ਬੱਚੇ ਦੀ ਇੱਕ ਜਵਾਨ ਬੱਚੇ ਦੀ ਜਾਨ ਚਲੇਗੀ ਕਿੰਨੇ ਬਜ਼ੁਰਗਾਂ ਦੀ ਮੌਤ ਹੋਗੀ ਹਨਾ ਕਿੰਨਾ ਬੁਰਾ ਹਾਲ ਉੱਥੇ ਹੋ ਰਿਹਾ ਹੈ ਤੁਹਾਨੂੰ ਅੱਜ ਇਕੱਠੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਆ ਆਪਣਾ ਈਗੋ ਫੈਕਟਰ ਨਹੀਂ ਰੱਖਣਾ ਚਾਹੀਦਾ ਆਪਣੀ ਧੌਣ ਦੇ ਵਿੱਚ ਉਹ ਕਿੱਲਾ ਕੱਢਣਾ ਚਾਹੀਦਾ ਇਸ ਗੱਲ ਦਾ ਵੀ ਨਹੀਂ ਜੀ ਮੈਂ ਲੀਡਰ ਆ ਸਾਨੂੰ ਪਹਿਲੋਂ ਕਿਉਂ ਨਹੀਂ ਸੱਦਿਆ ਇਹ ਗੱਲਾਂ ਥੋੜਾ ਹੁੰਦੀਆਂ ਯਾਰ ਇਹ ਟਾਈਮ ਥੋੜਾ ਨ ਇਹਦੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਹੋਣਾ ਚਾਹੀਦਾ ਜਦੋਂ ਤੁਹਾਡੇ ਲੋਕ ਉੱਥੇ ਬੈਠੇ ਨੇ ਸਾਰਿਆਂ ਦੇ ਮੈਂ ਉੱਥੇ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਉਗਰਾਹਾਂ ਯੂਨੀਅਨ ਦੇ ਵੀ ਬੈਠੇ ਸੀਗੇ ਮੈਂ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਦੂਜੀਆਂ ਜਥੇਬੰਦੀਆਂ ਦੇ ਵੀ ਬੈਠੇ ਸੀਗੇ ਉਹ ਆਪ ਮੁਹਾਰੇ ਹੋ ਕੇ ਆ ਗਏ ਕਿਉਂਕਿ ਲੋਕਾਂ ਦੇ ਜ਼ਮੀਰ ਜਾਗਦੇ ਨੇ ਲੋਕੀ ਦੂਜੇ ਲੋਕਾਂ ਨੂੰ ਵੇਖ ਕੇ ਉੱਥੇ ਪਹੁੰਚ ਰਹੇ ਨੇ ਮੈਂ ਵੀ ਕਿਸੇ ਜਥੇਬੰਦੀ ਨੂੰ ਨਹੀਂ ਬੁਲਾਉਂ ਕਰਦੀ ਮੈਂ ਪਰ ਫਿਰ ਵੀ ਉੱਥੇ ਗਈ ਮੈਂ ਆਪਣੀ ਮੇਰੀ ਮੇਰੀ ਖੁਦ ਦੀ ਜ਼ਮੀਰ ਜਾਗਦੀ ਸੀਗੀ ਕਿਤੇ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਉੱਥੇ ਗਈ ਆ ਮੈਨੂੰ ਲੱਗਦਾ ਕਿਸਾਨ ਜਿੱਥੇ ਬੰਦੀਆਂ ਨੂੰ ਇੱਕ ਹੋਣਾ ਚਾਹੀਦਾ ਜ਼ਮੀਰ ਜਗਾਣੀ ਚਾਹੀਦੀ ਇਹ ਆਪਣੀ ਈਗੋ ਛੱਡਣੀ ਚਾਹੀਦੀ ਓਬਵੀਅਸਲੀ ਉਹਨਾਂ ਨੂੰ ਆਪਣੀ ਈਗੋ ਛੱਡਣੀ ਚਾਹੀਦੀ ਹੈ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ ਉਹਨਾਂ ਨੂੰ ਲੋਕਾਂ ਨਾਲ ਖੜਨ ਦੀ ਲੋੜ ਐ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਵੀ ਕੌਣ ਪਹਿਲੋਂ ਆਇਆ ਸੀ ਕੌਣ ਬਾਅਦ ਚੋਂ ਆਇਆ ਸੀਗਾ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਹਾਂਜੀ ਇਹ ਸਾਡਾ ਐਸਕੇਮ ਐ ਸਾਡਾ ਉਹ ਐ ਤੁਹਾਡੇ ਐਸਕੇਮ ਕਿਸ ਕੰਮ ਦਾ ਜਦੋਂ ਉੱਥੇ ਮੁੰਡੇ ਨੂੰ ਗੋਲੀ ਵੱਜ ਗਈ ਉੱਥੇ ਬਜ਼ੁਰਗਾਂ ਦੇ ਉੱਤੇ ਆសុ ਗਿਆ ਸੀ ਗੋਲੇ ਡਿਗਰੇ ਨੇ ਤੁਹਾਡਾ ਐਸਕੇਮ ਕੀ ਕਰ ਰਿਹਾ ਐ ਇਸ ਟਾਈਮ ਦੇ ਉੱਤੇ ਲੇਕਿਨ ਐਸਕੇਮ ਤੇ ਕਹਿ ਰਹੇ ਅਸੀਂ ਟੋਲ ਬੰਦ ਕਰ ਰਹੇ ਹਾਂ ਅਸੀਂ ਪੁਤਲੇ ਫੂਕ ਰਹੇ ਹਾਂ ਉਹਨਾਂ ਦਾ ਕੀ ਫਾਇਦਾ ਤੁਹਾਡੇ ਪੁਤਲੇ ਫੂਕਣ ਦਾ ਕੀ ਫਾਇਦਾ ਮੈਨੂੰ ਇਹ ਦੱਸੋ ਪੁਤਲੇ ਫੂਕਣ ਨਾਲ ਕੀ ਹੋ ਜਾਣਾ ਐ ਉਹ ਤੇ ਅਗਲੇ ਗੋਲੀਆਂ ਮਾਰਨ ਦੇ ਆ ਸਾਹਮਣਿਓ ਜਾਣਾਂ ਜਾਣ ਡੀਆਂ ਲੋਕਾਂ ਦੀਆਂ ਜਾਂ ਤੇ ਸਿਰਫ ਪਾਣੀ ਦੀਆਂ ਹੁਸ਼ਾਰਾ ਮਾਰਦੇ ਹੋਣ ਤੇ ਅਸੀਂ ਕਹੀਏ ਚਲੋ ਠੀਕ ਆ ਤੁਸੀਂ ਰੋਜ਼ ਪ੍ਰਗਟ ਕਰ ਰਹੇ ਹੋ ਤੁਸੀਂ ਪੁਤਲੇ ਫੂਕ ਰਹੇ ਹੋ ਇਹਦੇ ਬਚਕਾਨਾਂ ਵਾਲੀਆਂ ਗੱਲਾਂ ਨਹੀਂ ਆ ਤੁਹਾਨੂੰ ਨਹੀਂ ਲੱਗਦੀਆਂ ਕਿ ਸਾਡਾ ਸਾਰਿਆਂ ਦਾ ਮੁੱਦਾ ਕੀ ਹੈ ਐਮਐਸਪੀ ਫਿਕਸ ਕਰਾਉਣਾ ਹਨਾ ਸਾਰੇ ਕਿਸਾਨਾਂ ਦੀ ਤੇ ਕਿਸਾਨ ਲੀਡਰ ਹੁੰਦੇ ਕਾਦੇ ਵਾਸਤੇ ਹੈ ਇਸੇ ਵਾਸਤੇ ਹੁੰਦੇ ਆ ਨਾ ਤੇ ਜੇ ਫਿਰ ਕੀ ਹੋਇਆ ਜੇ ਦੋ ਕਿਸਾਨ ਲੀਡਰ ਪਹਿਲੋਂ ਆਗੇ ਸੀਗੇ ਇਹਦੇ ਵਿੱਚ ਕੋਈ ਅੱਜ ਪਾ ਤੁਸੀਂ ਅੱਜ ਦਾ ਮਾਹੌਲ ਵੇਖੋ ਨਾ ਤੁਹਾਨੂੰ ਅੱਜ ਦਾ ਮਾਹੌਲ ਵੇਖਣਾ ਚਾਹੀਦਾ ਹੈ ਕਿ ਇੱਕ ਬੱਚੇ ਦੀ ਇੱਕ ਜਵਾਨ ਬੱਚੇ ਦੀ ਜਾਨ ਚਲੇਗੀ ਕਿੰਨੇ ਬਜ਼ੁਰਗਾਂ ਦੀ ਮੌਤ ਹੋਗੀ ਹਨਾ ਕਿੰਨਾ ਬੁਰਾ ਹਾਲ ਉੱਥੇ ਹੋ ਰਿਹਾ ਹੈ ਤੁਹਾਨੂੰ ਅੱਜ ਇਕੱਠੇ ਹੋ ਕੇ ਸਾਹਮਣੇ ਆਉਣਾ ਚਾਹੀਦਾ ਆ ਆਪਣਾ ਈਗੋ ਫੈਕਟਰ ਨਹੀਂ ਰੱਖਣਾ ਚਾਹੀਦਾ ਆਪਣੀ ਧੌਣ ਦੇ ਵਿੱਚ ਉਹ ਕਿੱਲਾ ਕੱਢਣਾ ਚਾਹੀਦਾ ਇਸ ਗੱਲ ਦਾ ਵੀ ਨਹੀਂ ਜੀ ਮੈਂ ਲੀਡਰ ਆ ਸਾਨੂੰ ਪਹਿਲੋਂ ਕਿਉਂ ਨਹੀਂ ਸੱਦਿਆ ਇਹ ਗੱਲਾਂ ਥੋੜਾ ਹੁੰਦੀਆਂ ਯਾਰ ਇਹ ਟਾਈਮ ਥੋੜਾ ਨ ਇਹਦੇ ਇਹਨਾਂ ਨੂੰ ਸਾਰਿਆਂ ਨੂੰ ਉੱਥੇ ਹੋਣਾ ਚਾਹੀਦਾ ਜਦੋਂ ਤੁਹਾਡੇ ਲੋਕ ਉੱਥੇ ਬੈਠੇ ਨੇ ਸਾਰਿਆਂ ਦੇ ਮੈਂ ਉੱਥੇ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਉਗਰਾਹਾਂ ਯੂਨੀਅਨ ਦੇ ਵੀ ਬੈਠੇ ਸੀਗੇ ਮੈਂ ਬਹੁਤ ਸਾਰੇ ਲੋਕ ਬੈਠੇ ਵੇਖੇ ਜਿਹੜੇ ਦੂਜੀਆਂ ਜਥੇਬੰਦੀਆਂ ਦੇ ਵੀ ਬੈਠੇ ਸੀਗੇ ਉਹ ਆਪ ਮੁਹਾਰੇ ਹੋ ਕੇ ਆ ਗਏ ਕਿਉਂਕਿ ਲੋਕਾਂ ਦੇ ਜ਼ਮੀਰ ਜਾਗਦੇ ਨੇ ਲੋਕੀ ਦੂਜੇ ਲੋਕਾਂ ਨੂੰ ਵੇਖ ਕੇ ਉੱਥੇ ਪਹੁੰਚ ਰਹੇ ਨੇ ਮੈਂ ਵੀ ਕਿਸੇ ਜਥੇਬੰਦੀ ਨੂੰ ਨਹੀਂ ਬੁਲਾਉਣ ਕਰਦੀ ਮੈਂ ਪਰ ਫਿਰ ਵੀ ਉੱਥੇ ਗਈ ਮੈਂ ਆਪਣੀ ਮੇਰੀ ਮੇਰੀ ਖੁਦ ਦੀ ਜ਼ਮੀਰ ਜਾਗਦੀ ਸੀਗੀ ਕਿਤੇ ਮੈਂ ਆਪਣੇ ਬਜ਼ੁਰਗਾਂ ਦੇ ਨਾਲ ਉੱਥੇ ਗਈਆਂ ਤਾਂ ਲੱਗਦਾ ਕਿਸਾਨ ਜਿੱਥੇ ਬੰਦੀਆਂ ਨੂੰ ਇੱਕ ਹੋਣਾ ਚਾਹੀਦਾ ਜ਼ਮੀਰ ਜਗਾਣੀ ਚਾਹੀਦੀ ਇਹ ਆਪਣੀ ਈਗੋ ਛੱਡਣੀ ਚਾਹੀਦੀ ਓਬਵੀਅਸਲੀ ਉਹਨਾਂ ਨੂੰ ਆਪਣੀ ਈਗੋ ਛੱਡਣੀ ਚਾਹੀਦੀ ਹੈ ਇਸ ਟਾਈਮ ਦੇ ਉੱਤੇ ਉਹਨਾਂ ਨੂੰ ਲੋਕਾਂ ਦਾ ਸਾਥ ਦੇਣ ਦੀ ਲੋੜ ਹੈ ਉਹਨਾਂ ਨੂੰ ਲੋਕਾਂ ਨਾਲ ਖੜਨ ਦੀ ਲੋੜ ਹੈ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਣ ਪਹਿਲੋਂ ਆਇਆ ਸੀ ਕੌਣ ਬਾਅਦ ਚੋਂ ਆਇਆ ਸੀਗਾ ਉਹਨਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਹਾਂਜੀ ਇਹ ਸਾਡਾ ਐਸਕੇਮ ਹੈ ਸਾਡਾ ਉਹ ਹੈ ਤੁਹਾਡੇ ਐਸਕੇਮ ਕਿਸ ਕੰਮ ਦਾ ਜਦੋਂ ਉੱਥੇ ਮੁੰਡੇ ਨੂੰ ਗੋਲੀ ਵੱਜ ਗਈ ਉੱਥੇ ਬਜ਼ੁਰਗਾਂ ਦੇ ਉੱਤੇ ਆសុ ਗਿਆ ਸੀ ਗੋਲੇ ਡਿੱਗ ਰਹੇ ਨੇ ਤੁਹਾਡਾ ਐਸਕੇਮ ਕੀ ਕਰ ਰਿਹਾ ਹੈ ਇਸ ਟਾਈਮ ਦੇ ਉੱਤੇ ਲੇਕਿਨ ਐਸਕੇਮ ਤੇ ਕਹਿ ਰਹੇ ਅਸੀਂ ਟੋਲ ਬੰਦ ਕਰ ਰਹੇ ਹਾਂ ਅਸੀਂ ਪੁਤਲੇ ਫੂਕ ਰਹੇ ਉਹਨਾਂ ਦਾ ਕੀ ਫਾਇਦਾ ਤੁਹਾਡੇ ਪੁਤਲੇ ਫੂਕਣ ਦਾ ਕੀ ਫਾਇਦਾ ਮੈਨੂੰ ਇਹ ਦੱਸੋ ਪੁਤਲੇ ਫੂਕਣ ਨਾਲ ਕੀ ਹੋ ਜਾਣਾ ਹੈ ਉਹ ਤੇ ਅਗਲੇ ਗੋਲੀਆਂ ਮਾਰਨ ਦੇ ਆ ਸਾਹਮਣੋਂ ਜਾਣਾਂ ਜਾਣ ਡੀਆਂ ਲੋਕਾਂ ਦੀਆਂ ਜਾਂ ਤੇ ਸਿਰਫ ਪਾਣੀ ਦੀਆਂ ਹੁਸ਼ਾਰਾ ਮਾਰਦੇ ਹੋਣ ਤੇ ਅਸੀਂ ਕਹੀਏ ਚਲੋ ਠੀਕ ਆ ਤੁਸੀਂ ਰੋਜ਼ ਪ੍ਰਗਟ ਕਰ ਰਹੇ ਹੋ ਤੁਸੀਂ ਪੁਤਲੇ ਫੂਕ ਰਹੇ ਹੋ ਇਹਦੇ ਬਚਕਾਨਾਂ ਵਾਲੀਆਂ ਗੱਲਾਂ ਨਹੀਂ ਆ ਤੁਹਾਨੂੰ ਨਹੀਂ ਲੱਗਦੀਆਂ